ਅਤੇ ਮੇਹਰ ਤੂੰ ਨਿਆਰੀ ਮੌਲਾ। ਇੱਕ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਹੈ ਬਈ ਕਿਸੇ ਵੀਰ ਦਾ ਕੋਈ ਉਹਨੂੰ ਨਾਂ ਨਹੀਂ ਬੋਲਿਆ ਜਾਣਾ। ਸਾਡੇ ਵੀਰਾਂ ਨੂੰ ਬੇਨਤੀ ਹੈ ਕਿਸੇ ਨੇ ਕੋਈ ਪਰਚੀ ਨਹੀਂ ਦੇਣੀ। ਵੱਡੇ ਭਾਈ ਸਾਡੀ ਪ੍ਰਬੰਧਕ ਕਮੇਟੀ ਭਾਈ ਸੱਤੀ ਤੇ ਸ਼ਿੱਦਾ ਮੰਡੇਰ ਉਹਨਾਂ ਵੱਲੋਂ ਬੇਨਤੀ ਕਰਵਾਈ ਗਈ ਹੈ। ਲੈ ਵੀ ਅਮਰੀਕ ਇੱਕ ਪਾਸੇ ਫੱਕਰ ਝੰਡੇ ਦੀ ਟੀਮ ਹੈ ਤਾਜੋ ਵਾਲਿਆ, ਇਧਰ ਮੇਨ ਰੋਡ ਵਾਲੇ ਪਾਸੇ ਹੈ ਤੇ ਪਿੰਡ ਵਾਲੇ ਪਾਸੇ ਜਿਹੜੀ ਟੀਮ ਹੈ ਲੋਪੋ ਦੀ ਟੀਮ ਹੈ। ਆ ਫਿਰ ਅਮਰੀਕ ਉੱਥੇ ਜਿੱਥੇ ਕਬੱਡੀ ਪੈਣ ਕਹਿੰਦੇ ਸਿਰਾ ਕਬੱਡੀ ਦਾ। ਜੇ ਡਾਕਟਰ ਸਾਹਿਬ ਹੁਣ ਫਸਟ ਏਡ ਦੇ ਲਈ ਤੇ ਕਿਰਪਾ ਕਰਕੇ ਥੋੜਾ ਲਾਗੇ ਆ ਜਾਣ। ਜਗਪਾਲ ਦੇ ਸੱਟ ਲੱਗੀ ਹੈ, ਡਾਕਟਰ ਸਾਹਿਬ ਫਸਟ ਏਡ ਦੇ ਲਈ ਆਉਣਗੇ ਕਿਉਂਕਿ ਕਹਿੰਦੇ ਬਦਰੇ ਵਾਲੇ ਸਤਗੁਰ ਦੀ ਬੜੀ ਚੜਾਈ ਹੈ। ਉਧਰ ਕਹਿੰਦੇ ਕਬੱਡੀ ਪੈਰੀ ਦੇ ਚਾਰ ਨੇ, ਭਗੀਰਥ ਕਲੱਬ ਲੋਪੋ ਦੀ ਕਹਿੰਦੇ ਟੀਮ ਵੀ ਹੈ, ਸਿਰੇ ਦੀ ਟੀਮ ਬਣੀ ਹੈ। ਝਨੇਰ ਵਾਲਾ ਆਸ਼ੂ ਕਹਿੰਦੇ ਇੱਕ ਕੰਨੀ ਤੇ ਹੈ, ਹਰਦੇ ਜੱਫਿਆਂ ਦੀ ਗੱਲ ਕਹਿੰਦੇ ਪਹਿਲੇ ਮੈਚਾਂ ਚ ਹੋ ਹਟੀ ਹੈ, ਲੋਪੋ ਵਾਲਾ ਹਰ ਤੇ ਕਹਿੰਦੇ ਬਦਰੇ ਵਾਲਾ ਤੇ ਸਪੀਡੀ ਹੈ, ਪਰ ਕਹਿੰਦੇ ਲੋਪੋ ਵਾਲਾ ਘਰ ਤੱਕ ਮਗਰ ਆਇਆ। ਲਓ ਘੁੰਡਸ ਪਿੰਡ ਦਾ ਕਹਿੰਦੇ ਸੋਨੀ ਕਬੱਡੀ ਪਾ ਰਿਹਾ ਅਗਲੇ ਮੈਚਾਂ ਦੇ ਲਈ ਖਾਰਾ। ਸਾਰੇ ਚੁੱਪ ਹੋ ਗਏ, ਹਜੇ ਕੱਲਾ ਦੱਦਾ ਹੀ ਦਿਸਿਆ ਜਿਵੇਂ ਅਣਖ ਜੱਟਾਂ ਦੀ ਫਿਲਮ ਚ ਯੋਗਰਾਜ ਦੇ ਕੱਲੇ ਪੈਰ ਜੇ ਦਿਖਾਉਂਦੇ ਹੁੰਦੇ ਆ ਨਾ ਤੇ ਫਿਰ ਮਗਰੇ ਹੁੰਦੀ ਟੈ ਟੈ। ਡਿੜਬਾ ਮੰਡੀ ਤੇ ਖਾਰਾ, ਉਹ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। ਡਿੜਬਾ ਮੰਡੀ ਤੇ ਖਾਰੇ ਦੀ ਇਹ ਟੀਮਾਂ ਨੂੰ ਬੇਨਤੀ ਹੈ ਵੀ ਉਹ ਟੀਮਾਂ ਅਗਲੇ ਮੈਚਾਂ ਲਈ ਆ ਜਾਣ। ਫੱਕਰ ਝੰਡੇ ਵਾਲਿਆ ਉਹ ਦੇਖਦੇ ਪਿੰਡੇ ਚ ਕਿੰਨੀ ਕੁ ਚਾਨ ਹੈ, ਲਓ ਕੱਲਾ ਵਾਲਾ ਅੰਬੂ ਮੇਰੇ ਮਿੱਤਰੋ, ਲਓ ਲੱਗਦਾ ਚੋਰ ਉਹ ਸਵਾਦ ਆ ਗਿਆ ਤਾਂ ਮਾਰੋ ਤਾੜੀ ਭਾਈ ਰੂਪੇ ਵਾਲਿਓ। ਸ਼ਰਾ ਅੱਤ ਅੱਤ ਹੋ ਗਿਆ ਭਾਈ ਰੂਪੇ ਦਾ ਕਬੱਡੀ ਕੱਪ। ਲਓ ਗੋਰੇ ਵੀ ਕਹਿੰਦੇ ਕਬੱਡੀ ਪੈ ਰਹੀ ਹੈ, ਗੋਰਾ ਕਬੱਡੀ ਪਾ ਰਿਹਾ ਹੈ। ਉਹ ਝਨੇਰ ਵਾਲਿਆ ਤਿਆਰੀ ਫੜ ਲਾ, ਗੋਰੇ ਦੀ ਰੇਡ ਹੈ ਭੈਣੀ ਬਾਹੀਏ ਵਾਲਾ ਗੋਰਾ ਕਬੱਡੀ ਪਾ ਰਿਹਾ ਹੈ। ਭਾਈ ਰੂਪੇ ਦੀ ਧਰਤੀ ਦੇ ਝਨੇਰ ਵਾਲੇ ਨੂੰ ਛੇੜ ਲਿਆ, ਲਓ ਗੋਰਾ ਭੈਣੀ ਬਾਈਏ ਵਾਲਾ ਤਕੜਾ ਨੰਬਰ ਜੋੜਦਾ ਆਪਣੀ ਟੀਮ ਦੇ ਲਈ। ਆ ਮੁੰਡੇ ਵੀ ਕਹਿੰਦੇ ਸੱਜੀ ਬਾਹ ਦੇ ਬਾਹਰਲੇ ਪਾਸੇ ਦੋਦੇ ਵਾਲੇ ਸੰਦੀਪ ਦਾ ਨਾਂ ਲਿਖਿਆ ਹੋਇਆ ਹੈ। ਇਹ ਸੰਦੀਪ ਨੂੰ ਗੁਰੂ ਮੰਨਦਾ, ਇਹ ਸੰਦੀਪ ਨੂੰ ਉਸਤਾਦ ਮੰਨਦਾ, ਮੁਰਸ਼ਦ ਮੰਨਦਾ, ਲਓ ਕਹਿੰਦੇ ਗੁਰੂ ਮੰਨਦਾ। ਸਿਆਣੇ ਕਹਿੰਦੇ ਵੀ ਅੰਬ ਅੰਬ ਤੇ ਕੇਲਾ ਕੇਲਾ ਹੁੰਦਾ, ਟਰੱਕ ਟਰੱਕ ਤੇ ਠੇਲਾ ਠੇਲਾ ਹੁੰਦਾ, ਟਿੰਡੋ ਟਿੰਡੋ ਕਰੇਲਾ ਕਰੇਲਾ ਹੁੰਦਾ, ਉਹ ਬੱਕਰਾ ਬੱਕਰਾ ਤੇ ਲੇਲਾ ਲੇਲਾ ਹੁੰਦਾ, ਗੁਰੂ ਗੁਰੂ ਤੇ ਚੇਲਾ ਚੇਲਾ ਹੁੰਦਾ। ਲਓ ਸਾਹਮਣੇ ਸਤਿਗੁਰ ਕਬੱਡੀ ਪਾਉਣ ਆ ਗਿਆ ਬਦਰੇ ਵਾਲਾ, ਇੱਕ ਪਾਸੇ ਚਾਰ ਜਾਫੀ ਹੈ। ਹੁਣ ਇਹ ਫੈਸਲੇ ਅੱਜ ਵਿੱਚ ਮੈਦਾਨ ਦੇ ਪਰਖੇ ਜਾਂਦੇ ਨੇ ਜੋਰ ਜਵਾਨ ਦੇ, ਕਿਹੜਾ ਅੱਤ ਕਰਾਊਗਾ, ਕਿਹੜੇ ਜੱਫਾ ਲਾਊਗਾ, ਕਿਵੇਂ ਜੱਫਾ ਲਾਊਗਾ ਲੋਪੋ ਵਾਲਿਆ, ਅੱਜ ਕਿਹੜਾ ਗਭਰੂ ਭਾਈ ਰੂਪੇ ਵਿੱਚ ਸਿਰਾ ਕਰਾਊਗਾ, ਅੱਜ ਕਿਹੜਾ ਗਭਰੂ ਭਾਈ ਰੂਪੇ ਵਿੱਚ ਸਿਰਾ ਕਰਾਊਗਾ। ਮੋਟਰਸਾਈਕਲ ਦਿੱਤੇ ਜਾਣਗੇ ਬੈਸਟ ਜਾਫੀ ਤੇ ਰੇਡਰਾਂ ਨੂੰ, ਉਹ ਭਾਗਾਂ ਵਾਲੇ ਮੇਰੇ ਵੀਰੋ ਕਿਹੜੇ ਖਿਡਾਰੀ ਹੋਣਗੇ। ਲਓ ਸਾਹਮਣੇ ਇਹ ਹੈ ਪੀਤਾ ਬਖਤਗੜ ਪਿੰਡ ਹੈ, ਜ਼ਿਲ੍ਹਾ ਬਰਨਾਲਾ ਪੈਂਦਾ ਹੈ। ਮੋਟਰ ਮਿੱਤਰਾਂ ਦੀ ਚੱਲ ਬਰਨਾਲੇ ਚੱਲੀਏ, ਮੋਟਰ ਮਿੱਤਰਾਂ ਦੀ ਚੱਲ ਬਰਨਾਲੇ ਚੱਲੀਏ। ਦੀਪੂ ਨੇ ਆਖਿਆ ਵੀ ਕਿਹੜੇ ਭਾਗਾਂ ਵਾਲੇ ਆ, ਉਹ ਅੱਜ ਤੇ ਭਾਗ ਆਪ ਚੱਕਰਾਂ ਚ ਪੈ ਗਏ ਹੈ, ਭਾਗ ਆਪ ਚੱਕਰਾਂ ਚ ਪੈ ਗਏ ਹੈ ਵੀ ਮਿਲਾਣ ਭਾਈ ਰੂਪੇ ਦਾ ਸਿਰੇ ਦਾ ਮੇਲਾ। ਗੋਰੇ ਪਾਓ ਕਬੱਡੀ ਨੌਜਵਾਨ, ਲਓ ਗੋਰਾ ਕਹਿੰਦੇ ਕਬੱਡੀ ਪਾ ਰਿਹਾ, ਉਧਰ ਕਹਿੰਦੇ ਚਾਰ ਨੇ ਪੱਟਾਂ ਤੇ ਥਾਪੀਆਂ ਮਾਰਦੇ ਆ। ਅਗਲੇ ਮੈਚਾਂ ਚ ਖਾਰਾ ਤੇ ਦਿੜਬਾ ਮੰਡੀ ਦੀਆਂ ਟੀਮਾਂ ਨੂੰ ਬੇਨਤੀ ਹੈ ਵੀ ਉਹ ਟੀਮਾਂ ਪੁੱਜਣਗੀਆਂ ਜਲਦੀ। ਲਓ ਗੋਰੇ ਦੀ ਰੇਡ ਭੈਣੀ ਬਾਈਏ ਵਾਲਾ, ਜੇ ਰੱਬ ਨੀਵਾਂ ਹੁੰਦਾ ਤੇ ਢਿੱਡ ਚ ਮੋਰੀ ਕੱਢ ਦੇਣੀ ਸੀ, ਉਂਗਲ ਕਹਿੰਦੇ ਉੱਚੀ ਕੀਤੀ ਹੈ। ਉਹ ਫੌਜੀ ਨੇ ਕਹਿੰਦੇ ਫੈਸਲਾ ਕਰ ਦਿੱਤਾ, ਇਧਰ ਸੋਲੀ ਦੀ ਰੇਡ, ਦੀਪੂ ਕਰ ਵੀ ਗੱਲ ਮੁੰਡੇ ਦੀ। ਲਓ ਸਾਹਮਣੇ ਘੁਣਸਾ ਵਾਲਾ ਮੇਰੇ ਵੀਰੋ, ਜ਼ਿਲ੍ਹੇ ਬਰਨਾਲੇ ਵਾਲਾ ਨੌਜਵਾਨ ਸੋਨੀ ਇਸ ਵੇਲੇ ਕਬੱਡੀ ਪਾਉਣ ਦੇ ਵਾਸਤੇ ਆ ਗਿਆ ਹੈ ਕਿ ਡੌਲਿਆਂ ਦੇ ਵਿੱਚ ਵੱਖਰੇ ਪੈਂਦੇ ਘੱਟ ਜਵਾਨਾਂ ਦੇ, ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ। ਅਮਨ ਢਿੱਲੋਂ ਪਲੈਨਟ ਆਈਲੈਂਡਸ ਬਠਿੰਡਾ ਤੋਂ ਉਹਨਾਂ ਨੇ 10,000 ਰੁਪਏ ਦਾ ਸਹਿਯੋਗ ਦਿੱਤਾ ਸੀਗਾ, 11,000 ਰੁਪਏ ਦਾ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਕਲੱਬ ਕੰਨੀਓ, ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ। ਲਓ ਸਾਹਮਣੇ ਸਨਮਾਨ ਵੀ ਹੋ ਰਿਹਾ ਤੇ ਇਧਰ ਕਬੱਡੀ ਬਦਰੇ ਵਾਲੇ ਸਤਿਗੁਰ ਦੀ ਹੈ ਕਿ ਡੌਲਿਆਂ ਦੇ ਵਿੱਚ ਵੱਖਰੇ ਪੈਂਦੇ ਕੱਟ ਜਵਾਨਾਂ ਦੇ, ਉਹ ਜੱਫਿਆਂ ਦੇ ਵਿੱਚ ਆਉਂਦੇ ਨਹੀਂ, ਅੱਜ ਪੱਟ ਜਵਾਨਾਂ ਦੇ। ਦੀਪੂ ਅਮਰਗੜ੍ਹ ਤੇ ਖੋਸੇ ਵਾਲਾ ਅਮਰੀਕ ਬੋਲਣ ਬੋਲ ਕਬੱਡੀ ਦੇ, ਦੁਨੀਆਂ ਦੇ ਵਿੱਚ ਵੱਜ ਕੇ ਯੋਧਿਆ ਢੋਲ ਕਬੱਡੀ ਦੇ। ਲਓ ਕਹਿੰਦੇ ਆ ਗਿਆ ਪੀਤਾ ਬਖਤਗੜ੍ਹ ਵਾਲਾ,
खारा वे दिड़बा मंडी एक टीमा जल्दी आ जाने खारा ते दिड़बा मंडी नू बेंदी है वियो टीमा जल्दी आ जाने नो पीते भी क्या में कबड्डी पह रही है फकर चंडे वाले आए नू अथुथ लागे देख भी केड़ा ब्रूद पर या पिंडे जे वे कातो लोट नहीं होना लाओ सामने फकर चंडे वाला हरवे हुण अगली कबड्डी फिर ट्राई करी पर मेरे मगर ना लगी ये 19-21 होगी ते फकर झंडा आउण ते नहीं आउणा लो कबड्डी पै गई दीपू कर भी गल मुंडे दी लो सरदार बाबू सिंह दा पुत मेरे वीरो पैणी पिंड दा मान जिले बठिंडे दी शान भाई रूपे दा एरिया गड्डियां दे धणी बाबा भाई रूप चांदी अपार कृपा सुचरेर वाला पापे ने तकड़ी कबड्डी खेडी ते बोर्ड दी थां ते खोसे वालिया बोर्ड लग्या हे आशू ने ला तकड़ा जफा पॉइंट दा फादा अपनी टीम दे लई कर दित्ता है सोनी कहंदे कबड्डी पा रहा है घुड़सा वाले भी कहंदे कबड्डी पै रही है चार ने कल्ला वाला अंबू मेरे मित्रो अज वाला झत फेर के होर ही कुछ बनाई फिरदा है नाल कहंदे फकर झंडे वाला हरदेव है अज नीला कोच भी कहंदे आया होया है चार ने ते सामने नंबर भौजी दस दिया कर भी जाफियां दा है फकर झंडे दी धरती ओ धरती है जिहड़ी धरती दे कहंदे गुरु गोबिंद सिंह जी दा स्वागत पीर कहंदे वलैत शाह ने कीता सी है वलैत शाह उहनी कहंदे पंज भरा पहलवानी करदे हुंदे सीगे जिथे जांदे जाके झंडा कढ देना पिंड दा नाम बन गया झंडा लाओ सामने देखो मेरे मित्रो इधर कहंदे पबरे वाले ने लोपो वाला शेड लिया ओए नंबर ओ भाई जे स्वाद आउंदा इक रौला रूला जा पा दियो क्या बात है ज्योंदे रहो वसदे रहो लो सामने मुंडा आ गया कबड्डी पाउण दे लई छोटी उम्र है अमरीक सिंह माण हो जांदा है जदों छोटे वजना दे प्लेयर ओपन दे विच कबड्डियां पाउंदे आ ना फिर दर्शकां दे दिल जित लैंदे ने जिद्दां वजन भा हौसला वड्डा है यह पिता बख्तगड़िया के हौसले दे नाल पुत्ता खेड़ तू कबड्डी तेरे लिए साडे बुल्ला ते दवामा बहुत ने हार दियां तू पांजे तू पिंडे ते हंडाएगा हथी करनिया दुनिया ने छावा बहुत ने हर मैदान विच पैना तेरे मुरके दा मुल पंजाबियां दे दिलां विच थावा बहुत ने चित ला के बच्छो आणिया जेड़ा खेड़दा कबड्डी कामयाबी दिंदी अगे रामा बहुत ने लो गोरे दी कबड्डी पै रही है फकर झंडे वाला है नहीं ओ रीसा वा ओए गबरू है पर आ कहंदे गोरा भैणी बाईए वाला फकर झंडे दी टीम वालों पा के कबड्डी वापस आ गया है इधर कहंदे घुड़सा वाला सोनी कबड्डी पा रहा है कहंदे जिहड़ी सड़क मोगे ते बरनाले नू जोड़दी है ना ओ सड़क दे उपर ढिलवा पिंड है ते ढिलवा तो खब्बे पास सड़क जी है ना धौला धनौला घुड़स ये मशहूर जे पिंड है एना कहते घुड़स पिंड है कबड्डी पा रहा है ते दूजे पासे कौना सरदूलगढ़ दे एरिए दा ये है कहते कनेडा दी लीग दा बेस्ट ये है कहते फकर झंडे वाला हरदेव नौजवान ला तकड़ा जफा पॉइंट जोड़दा है 20 जां 22 साल उम्र होनी है जे 20 सालां दा होया ते 7300 दिन बनदे है जे 52 सालां दा होया फिर 8030 दिन बनदे है ते जे 23 सालां दा होया फिर 8395 दिन बनदे है लाओ सामने आशू झनेर वाला सतगुर दी रेड बल्ले 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 होगी मित्रो स्वाद 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 ताड़ी 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 लाओ सामने सुख हरने थापी दित्ती कहंदा खुश कीता वीरे राती दारू पी के कहंदा गंडे गोल क्यों नहीं चीरे लाओ कहंदे कबड्डी पै रही है इधर कहंदे नौजवान पीता बख्तगढ़ वाला कबड्डी पा रहा है लोकां दे बुल्लां ते हासे है भी मेला ते भाई रूपे दा है भी मेला ते भाई रूपे दा है भी मेला ते भाई रूपे दा है गुरुआं दी धरती है इतिहास कहंदे वड्डा है बुजुर्ग जानदे है लाओ पीता नंबर जोड़दा अपनी टीम दे लई गोरे दी कबड्डी दीपू कर भी गल लो सरदार बाबू सिंह दा पुत है मान है साडे पिंडां दा भाई रूपे वाला गगन भी आया होया छोटा वीर दो पुत कबड्डी खेडदे है एक परिवार दे बाबू सिंह नू मान है इस गल दा भी मेरे घरे कबड्डी दे दो स्टार है लो सामने सामने कहंदे लोपो वाला इस वेले कहंदे पॉइंट रेडर दा मैच दी समाप्ति मैच समाप्ति इस दे चलदे होए मुकाबले दे विच नंबर फकर झंडे दे 12.5 ते लोपो दे पॉइंट है 7
इस मैच की जेतू टीम है फकर झंडा ते नाल 510 जिहड़े वीर की पर्ची है साइकिल वाले की वह अपना साइकिल लैके जाए कि साइकिल मित्रां दा शर्त लगा के फड़ ला। हां जी भाई आ क्वार्टर फाइनल मैच अनु अनु कनेडा कनियो सानू विशेष फोन आया उतो कनेडा तो उन्होंने बोलिया कि अगली बार नू 2 लाख रुपया उन्होंने पाले नाल गल की टूरनामेंट दे।